ਦੋਸਤੋ ਕਿਹਾ ਜਾਂਦਾ ਕਿ ਬਾਲੀਵੁੱਡ ਦੇ ਵਿੱਚ ਅਕਸ਼ੇ ਕੁਮਾਰ ਅਤੇ ਪੰਜਾਬੀ ਫਿਲਮਾਂ ਦੇ ਵਿੱਚ ਗੁੱਗੂ ਗਿੱਲ ਸਾਹਿਬ ਪੂਰੀ ਤਰ੍ਹਾਂ ਫਿੱਟ ਨਜ਼ਰ ਆਉਂਦੇ ਆ। ਜੇਕਰ ਆਪਾਂ ਉਹਨਾਂ ਦਾ ਮੁਕਾਬਲਾ ਅੱਜ ਦੇ ਐਕਟਰਾਂ ਦੇ ਨਾਲ ਕਰੀਏ ਤਾਂ ਤੁਹਾਨੂੰ ਉਹ ਅੱਜ ਦੇ ਐਕਟਰਾਂ ਦੇ ਨਾਲੋਂ ਕਿਤੇ ਜ਼ਿਆਦਾ ਫਿੱਟ ਦਿਖਾਈ ਦੇਣਗੇ। ਸੋ ਉਹਨਾਂ ਦਾ ਡੇਲੀ ਦਾ ਰੂਟੀਨ ਕੀ ਹੁੰਦਾ, ਆਪਾਂ ਅੱਜ ਗੁੱਗੂ ਗਿੱਲ ਸਾਹਿਬ ਬਾਰੇ ਗੱਲ ਕਰਾਂਗੇ ਅਤੇ ਆਪਣੀ ਖੁਰਾਕ ਦੇ ਵਿੱਚ ਕੀ ਸ਼ਾਮਿਲ ਕਰਦੇ ਆ ਅਤੇ ਕਿਹੜੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਤਾਂ ਜੋ ਉਹ ਆਪਣੀ ਫਿਟਨੈਸ ਨੂੰ ਬਣਾਈ ਰੱਖਣ। ਪੂਰੀ ਵੀਡੀਓ ਜ਼ਰੂਰ ਦੇਖੋ ਜੇ, ਤੁਹਾਨੂੰ ਪਤਾ ਲੱਗ ਜੂਗਾ ਕਿ ਗੁੱਗੂ ਗਿੱਲ ਸਾਹਿਬ ਕਿਉਂ ਅੱਜ ਦੇ ਜ਼ਿਆਦਾਤਰ ਐਕਟਰਾਂ ਦੇ ਨਾਲੋਂ ਕਿਤੇ ਜ਼ਿਆਦਾ ਫਿੱਟ ਪਏ ਆ। ਹਾਲਾਂਕਿ ਉਹਨਾਂ ਦੀ ਉਮਰ 50 ਸਾਲ ਤੋਂ ਉੱਪਰ ਹੋ ਚੁੱਕੀ ਆ, ਪਰ ਅੱਜ ਵੀ ਉਹ ਉਸੇ ਤਰ੍ਹਾਂ ਤੰਦਰੁਸਤ ਅਤੇ ਨੌਜਵਾਨ ਦਿਖਾਈ ਦਿੰਦੇ ਆ। ਸੋ ਦੋਸਤੋ, ਇਸ ਤੋਂ ਪਹਿਲਾਂ ਕਿ ਆਪਾਂ ਗੁੱਗੂ ਗਿੱਲ ਸਾਹਿਬ ਦੀ ਐਕਸਰਸਾਈਜ਼ ਅਤੇ ਖੁਰਾਕ ਬਾਰੇ ਗੱਲ ਕਰੀਏ, ਜੇਕਰ ਤੁਹਾਨੂੰ ਵਾਕਈ ਲੱਗਦਾ ਕਿ ਗੁੱਗੂ ਗਿੱਲ ਸਾਹਿਬ ਵਰਗੀ ਫਿਟਨੈਸ ਸ਼ਾਇਦ ਅੱਜ ਵਿਰਲੇ ਪੰਜਾਬੀ ਐਕਟਰਾਂ ਕੋਲ ਆ, ਤਾਂ ਉਹਨਾਂ ਲਈ ਇੱਕ ਲਾਈਕ ਅਤੇ ਕਮੈਂਟ ਜ਼ਰੂਰ ਕਰੋ। ਇਸ ਤੋਂ ਇਲਾਵਾ ਗਿੱਲ ਸਾਹਿਬ ਦੇ ਫੈਨ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਣ। ਸੋ ਦੋਸਤੋ, ਬਿਨਾਂ ਟਾਈਮ ਗਵਾਏ ਆਪਾਂ ਗੁੱਗੂ ਗਿੱਲ ਸਾਹਿਬ ਦੇ ਡੇਲੀ ਦੇ ਰੂਟੀਨ ਬਾਰੇ ਗੱਲ ਕਰਦੇ ਹਾਂ ਕਿ ਉਹਨਾਂ ਦੇ ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਆ। ਦੋਸਤੋ, ਗਿੱਲ ਸਾਹਿਬ ਦੇ ਦਿਨ ਦੀ ਸ਼ੁਰੂਆਤ ਹਲਕੀ ਫੁਲਕੀ ਗੇਮ ਦੇ ਨਾਲ ਹੁੰਦੀ ਆ, ਜਿਸ ਦੇ ਵਿੱਚ ਕਿ ਉਹ ਬੈਡਮਿੰਟਨ ਖੇਡਣਾ ਕਾਫੀ ਜ਼ਿਆਦਾ ਪਸੰਦ ਕਰਦੇ ਆ। ਇਸ ਤੋਂ ਇਲਾਵਾ ਉਹ ਡੇਲੀ ਡੇਢ ਘੰਟਾ ਐਕਸਰਸਾਈਜ਼ ਜ਼ਰੂਰ ਕਰਦੇ ਆ, ਜਿਸ ਦੇ ਵਿੱਚ ਉਹ ਪਹਿਲਾਂ ਵਾਰਮ ਅਪ ਲਈ ਕੁਝ ਹਲਕੀਆਂ ਫੁਲਕੀਆਂ ਕਸਰਤਾਂ ਕਰਦੇ ਆ। ਦੋਸਤੋ, ਦੱਸ ਦਈਏ ਕਿ ਗੁੱਗੂ ਗਿੱਲ ਸਾਹਿਬ ਨੇ ਦੱਸਿਆ ਕਿ ਉਹ ਆਪਣੀ ਐਕਸਰਸਾਈਜ਼ ਦੇ ਲਈ ਕੋਈ ਸਪੈਸ਼ਲ ਜਿੰਮ ਨਹੀਂ ਜਾਂਦੇ। ਉਹਨਾਂ ਦੀਆਂ ਐਕਸਰਸਾਈਜ਼ ਕਰਨ ਦਾ ਤਰੀਕਾ ਬਿਲਕੁਲ ਦੇਸੀ ਆ, ਜੋ ਉਹਨਾਂ ਦੇ ਵੱਡੇ ਵਡੇਰੇ ਵਰਤਦੇ ਆ ਰਹੇ ਆ ਉਹਨਾਂ ਨੂੰ ਅਪਣਾ ਕੇ ਹੀ ਉਹਨਾਂ ਨੇ ਆਪਣੀ ਸਿਹਤ ਨੂੰ, ਆਪਣੀ ਬੋਡੀ ਨੂੰ ਪੂਰੀ ਤਰ੍ਹਾਂ ਫਿੱਟ ਰੱਖਿਆ ਹੋਇਆ, ਜਿਸ ਦੇ ਵਿੱਚ ਉਹ ਸਭ ਤੋਂ ਪਹਿਲਾਂ ਮੂੰਗਲੀਆਂ ਨਾਲ ਐਕਸਰਸਾਈਜ਼ ਕਰਦੇ ਆ। ਉਹਨਾਂ ਨੇ ਦੱਸਿਆ ਕਿ ਇਹ ਮੂੰਗਲੀਆਂ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਤੋਂ ਮਿਲੀਆਂ ਸੀ, ਜੋ ਉਹਨਾਂ ਨੇ ਅੱਜ ਵੀ ਪੂਰੀ ਤਰ੍ਹਾਂ ਸੰਭਾਲ ਕੇ ਰੱਖੀਆਂ ਅਤੇ ਡੇਲੀ ਇਹਨਾਂ ਨਾਲ ਉਹ ਐਕਸਰਸਾਈਜ਼ ਕਰਦੇ ਆ। ਇਸ ਤੋਂ ਇਲਾਵਾ ਉਹ ਡੰਡ ਮਾਰਦੇ ਆ, ਡੰਡ ਮਾਰਨ ਤੋਂ ਬਾਅਦ ਉਹ ਹਲਕੇ ਫੁਲਕੇ ਡੰਬਲਾਂ ਨਾਲ ਐਕਸਰਸਾਈਜ਼ ਕਰਦੇ ਆ। ਇਹ ਸਭ ਐਕਸਰਸਾਈਜ਼ ਕਰਨ ਤੋਂ ਬਾਅਦ ਉਹ ਸਵੇਰ ਦਾ ਖਾਣਾ ਖਾਂਦੇ ਆ। ਸਵੇਰ ਦੇ ਖਾਣੇ ਦੇ ਵਿੱਚ ਉਹਨਾਂ ਨੂੰ ਦੇਸੀ ਘਿਓ ਅਤੇ ਸ਼ੱਕਰ ਦੀ ਬਣੀ ਹੋਈ ਚੂਰੀ ਕਾਫੀ ਜ਼ਿਆਦਾ ਪਸੰਦ ਆ। ਇਸ ਤੋਂ ਇਲਾਵਾ ਉਹ ਦੁੱਧ ਦਾ ਗਲਾਸ ਇਸ ਦੇ ਨਾਲ ਪੀਂਦੇ ਆ ਅਤੇ ਅੱਧ ਰਿੜਕੇ ਦੇ ਉਹ ਕਾਫੀ ਜ਼ਿਆਦਾ ਸ਼ੌਕੀਨ ਆ। ਇਸ ਤੋਂ ਇਲਾਵਾ ਸਵੇਰ ਦੇ ਖਾਣੇ ਦੇ ਵਿੱਚ ਉਹ ਕੁਝ ਫਲ ਫਰੂਟ ਆਦਿ ਵੀ ਖਾਂਦੇ ਆ ਅਤੇ ਜਿਹੜੀ ਚੀਜ਼ ਨੂੰ ਉਹ ਸਵੇਰ ਦੇ ਖਾਣੇ ਦੇ ਵਿੱਚ ਜ਼ਿਆਦਾਤਰ ਇਗਨੋਰ ਕਰਦੇ ਆ ਉਹ ਤਲੀਆਂ ਚੀਜ਼ਾਂ ਅਤੇ ਪਰੌਂਠੇ ਆਦਿ ਨਹੀਂ ਖਾਂਦੇ। ਇਸ ਤੋਂ ਬਾਅਦ ਦੁਪਹਿਰ ਦਾ ਖਾਣਾ ਉਹ ਡੇਢ ਤੋਂ ਲੈ ਕੇ 2 ਵਜੇ ਦੇ ਵਿਚਕਾਰ ਕਰ ਲੈਂਦੇ ਆ, ਜੇਕਰ ਉਹ ਘਰੇ ਹੁੰਦੇ ਆ। ਅਤੇ ਇਸ ਖਾਣੇ ਦੇ ਵਿੱਚ ਵੀ ਉਹ ਹਲਕਾ ਫੁਲਕਾ ਭੋਜਨ ਕਰਦੇ ਆ, ਫਰੂਟ ਆਦਿ ਲੈਂਦੇ ਆ। ਅਤੇ ਸ਼ਾਮ ਦਾ ਖਾਣਾ ਉਹ 7 ਤੋਂ 8 ਵਜੇ ਦੇ ਕਰੀਬ ਕਰ ਲੈਂਦੇ ਆ। ਦੋਸਤੋ, ਗੁੱਗੂ ਗਿੱਲ ਸਾਹਿਬ ਨੇ ਦੱਸਿਆ ਕਿ ਸ਼ਾਮ ਦੇ ਖਾਣੇ ਦਾ ਉਹ ਖਾਸ ਖਿਆਲ ਰੱਖਦੇ ਆ। ਉਹ ਸ਼ਾਮ ਦੇ ਟਾਈਮ ਬਹੁਤ ਹਲਕਾ ਫੁਲਕਾ ਜਿਹਾ ਖਾਂਦੇ ਆ, ਕਿਉਂਕਿ ਸ਼ਾਮ ਦੇ ਟਾਈਮ ਸੌਣਾ ਹੁੰਦਾ, ਇਸ ਕਰਕੇ ਅਜਿਹੀਆਂ ਚੀਜ਼ਾਂ ਨੂੰ ਪਹਿਲ ਦਿੰਦੇ ਆ ਜੋ ਜਲਦੀ ਹਜ਼ਮ ਹੋ ਜਾਣ, ਜਿਵੇਂ ਸੂਪ ਆਦਿ ਅਤੇ ਹੋਰ ਹਲਕੀਆਂ ਚੀਜ਼ਾਂ ਸ਼ਾਮ ਦੇ ਭੋਜਨ ਦੇ ਵਿੱਚ ਸ਼ਾਮਿਲ ਕਰਦੇ ਆ। ਉਹਨਾਂ ਨੇ ਕਿਹਾ ਕਿ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਹਰੇਕ ਵਿਅਕਤੀ ਨੂੰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਸ਼ਾਮ ਦੇ ਟਾਈਮ ਆਪਾਂ ਖਾਣਾ ਖਾ ਕੇ ਜੇਕਰ ਸਿੱਧਾ ਸੌਂ ਜਾਂਦੇ ਹਾਂ ਤਾਂ ਸਾਡੇ ਸਹੀ ਤਰ੍ਹਾਂ ਖਾਣਾ ਹਜ਼ਮ ਨਹੀਂ ਆਉਂਦਾ। ਸੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਤੋਂ ਰੂਟੀਨ ਬਣਾਇਆ ਹੋਇਆ ਕਿ ਉਹ ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਐਕਸਰਸਾਈਜ਼ ਨੂੰ ਕਦੇ ਵੀ ਨਹੀਂ ਭੁੱਲਦੇ। ਸੋ ਉਹਨਾਂ ਨੇ ਆਪਣੇ ਹੋਰ ਸ਼ੌਂਕ ਦੱਸਦੇ ਹੋਏ ਇਹ ਕਿਹਾ ਕਿ ਉਹਨਾਂ ਨੂੰ ਬਚਪਨ ਦੇ ਵਿੱਚ ਉਹਨਾਂ ਦੀ ਮਾਤਾ ਗਾਜਰ ਦਾ ਗਜਰੇਲਾ ਬਣਾ ਕੇ ਦਿੰਦੀ ਸੀ, ਜੋ ਉਹਨਾਂ ਨੂੰ ਅੱਜ ਵੀ ਕਾਫੀ ਜ਼ਿਆਦਾ ਪਸੰਦ ਆ। ਉਹਨਾਂ ਦੀ ਫਿਟਨੈਸ ਦਾ ਰਾਜ ਵੀ ਇਹੀ ਆ ਕਿ ਉਹਨਾਂ ਨੇ ਹਮੇਸ਼ਾ ਦੇਸੀ ਅਤੇ ਹਲਕਾ ਫੁਲਕਾ ਖਾਧਾ ਅਤੇ ਨਾਲ ਨਾਲ ਐਕਸਰਸਾਈਜ਼ ਵੀ ਜਾਰੀ ਰੱਖੀ ਆ। ਆਪਣੇ ਬਜ਼ੁਰਗਾਂ ਦੇ ਜੋ ਉਹਨਾਂ ਦੀਆਂ ਪੁਰਾਣੀਆਂ ਐਕਸਰਸਾਈਜ਼ ਹੁੰਦੀਆਂ ਸੀ ਉਸੇ ਤਰ੍ਹਾਂ ਅਪਣਾਈ ਰੱਖੀਆਂ। ਸੋ ਇਸੇ ਕਰਕੇ ਉਹ ਅੱਜ ਵੀ ਪੂਰੀ ਤਰ੍ਹਾਂ ਫਿੱਟ ਆ। ਅਤੇ ਉਹਨਾਂ ਨੇ ਕਿਹਾ ਕਿ ਆਪਣੇ ਸਰੀਰ ਨੂੰ ਹਮੇਸ਼ਾ ਜਵਾਨ ਬਣਾਈ ਰੱਖਣ ਦੇ ਲਈ ਆਪਣੇ ਡੇਲੀ ਦੇ ਭੋਜਨ ਦੇ ਵਿੱਚ ਦੁੱਧ ਜਿੰਨਾ ਹੋ ਸਕਦਾ ਉਸ ਨੂੰ ਸ਼ਾਮਿਲ ਕਰੋ, ਚਾਹੇ ਉਹ ਮੈਂਗੋ ਸ਼ੇਕ ਦੇ ਰੂਪ ਦੇ ਵਿੱਚ ਹੋਵੇ ਜਾਂ ਬਨਾਨਾ ਸ਼ੇਕ ਦੇ ਰੂਪ ਦੇ ਵਿੱਚ ਹੋਵੇ। ਸੋ ਗੁੱਗੂ ਗਿੱਲ ਸਾਹਿਬ ਨੇ ਕਿਹਾ ਕਿ ਅੱਜ ਵੀ ਉਹ ਜ਼ਿਆਦਾ ਤੋਂ ਜ਼ਿਆਦਾ ਦੁੱਧ ਪੀਣਾ ਪਸੰਦ ਕਰਦੇ ਆ। ਸੋ ਦੋਸਤੋ, ਇਹ ਸਾਰੀਆਂ ਗੱਲਾਂ ਗੁੱਗੂ ਗਿੱਲ ਸਾਹਿਬ ਨੇ ਇੱਕ ਇੰਟਰਵਿਊ ਵਿੱਚ ਦੱਸੀਆਂ ਅਤੇ ਤੁਸੀਂ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਤੁਹਾਡੇ ਵਿੱਚੋਂ ਕਿੰਨੇ ਕੁ ਦੋਸਤ ਇੱਦਾਂ ਦਾ ਡੇਲੀ ਦਾ ਰੂਟੀਨ ਰੱਖਦੇ ਆ, ਚਾਹੇ ਉਹ ਐਕਸਰਸਾਈਜ਼ ਹੋਵੇ ਜਾਂ ਖਾਣ ਪੀਣ ਦੀਆਂ ਆਦਤਾਂ ਹੋਣ। ਗੁੱਗੂ ਗਿੱਲ ਸਾਹਿਬ ਦੇ ਨਾਲ ਕਿੰਨੇ ਕੁ ਦੋਸਤਾਂ ਦੀਆਂ ਆਦਤਾਂ ਮਿਲਦੀਆਂ ਉਹ ਨੀਚੇ ਕਮੈਂਟ ਜ਼ਰੂਰ ਕਰਨਾ। ਆਪਾਂ ਦੇਖਦੇ ਹਾਂ ਕਿ ਤੁਹਾਡਾ
ਖਾਣ ਪੀਣ ਕਿ ਗੁੱਗੂ ਗਿੱਲ ਸਾਹਿਬ ਵਰਗਾ ਜਾਂ ਉਹਨਾਂ ਤੋਂ ਅਲੱਗ ਆ, ਨੀਚੇ ਕਮੈਂਟ ਕਰਨਾ ਨਹੀਂ ਭੁੱਲਣਾ। ਇਸ ਤੋਂ ਇਲਾਵਾ ਹੋਰ ਦੋਸਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਵੀ ਇਹਨਾਂ ਗੱਲਾਂ ਨੂੰ ਅਪਣਾ ਸਕਣ ਅਤੇ ਆਪਣੀ ਸਿਹਤ ਨੂੰ ਫਿੱਟ ਰੱਖ ਸਕਣ। ਵੀਡੀਓ ਨੂੰ ਸ਼ੇਅਰ ਵੀ ਕਰਨਾ ਅਤੇ ਹੋਰ ਵੀਡੀਓ ਦੇ ਲਈ ਚੈਨਲ ਸਬਸਕ੍ਰਾਈਬ ਕਰਨਾ। ਥੈਂਕ ਯੂ ਸੋ ਮੱਚ।